ਸਵਾਗਤ ਆ ਕਿਸਾਨ ਵੀਰੋ ਤੁਹਾਡਾ ਯੂਟਿਊਬ ਚੈਨਲ ਸਹਿਤਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਦੀ ਵੀਡੀਓ ਪਿੰਡ ਮਾਣੂ ਕੇ ਸੰਧੂਆਂ, ਇਹ ਪਿੰਡ ਝੋਰੜਾਂ ਦੇ ਕੋਲ ਰਹਿ ਜਾਂਦਾ, ਲੱਖਾ ਇਸ ਪਿੰਡ ਦੇ ਨੇੜ ਰਹਿ ਜਾਂਦਾ ਇੱਕ ਪਿੰਡ, ਤੇ ਬਾਕੀ ਗੁਰਦੁਆਰਾ ਮਹਿਦੀਆਣਾ ਸਾਹਿਬ ਬਿਲਕੁਲ ਇਸ ਪਿੰਡ ਦੇ ਨੇੜ ਆ। ਐਡਰੈਸ ਇਸ ਪਿੰਡ ਦਾ ਮੈਂ ਸਕਰੀਨ ਦੇ ਉੱਤੇ ਵੀ ਲਾਇਆ ਹੋਇਆ, ਤੁਸੀਂ ਉੱਥੋਂ ਨੋਟ ਕਰ ਸਕਦੇ ਆ। ਇਸ ਪਿੰਡ ਦੇ ਵਿੱਚ ਕੁਝ ਕੁ ਪਸ਼ੂ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਬਾਈ ਜੀ ਹੋਰਾਂ ਕੋਲ ਘਰੇ ਰੱਖੇ ਹੋਏ ਆ, ਦੁੱਧ ਵੇਚਣ ਦਾ ਕੰਮ ਕਰਦੇ ਆ ਇਹ। ਤੇ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਸਾਹਮਣੇ ਮੱਝ ਤੁਸੀਂ ਦੇਖ ਰਹੇ ਆ, ਇਹ ਵਕਾਊ ਆ। ਇਹਦੀ ਸਾਰੀ ਡਿਟੇਲ ਆਪਾਂ ਬਾਈ ਜੀ ਹੋਰਾਂ ਤੋਂ ਪੁੱਛਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ, ਜਿਨ੍ਹਾਂ ਨੇ ਮੇਰੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈੱਲ ਆਈਕੋਨ ਪ੍ਰੈਸ ਕਰ ਦਿਓ ਜੇ, ਤਾਂ ਕਿ ਜਿਹੜੀ ਨਵੀਂ ਵੀਡੀਓ ਮੈਂ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ, ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਹਰੇਕ ਘਰਾਂ ਦੇ ਵਿੱਚ ਔਰਤਾਂ ਹੀ ਜਿਹੜੀਆਂ ਪਸ਼ੂ ਪਾਲਣ ਦਾ ਕੰਮ ਕਰਦੀਆਂ, ਪਰ ਜਦੋਂ ਆਪਾਂ ਵੀਡੀਓ ਬਣਾਉਂਦੇ ਹਾਂ ਉਹਦੇ 'ਚ ਵਿਰਲੇ ਘਰ ਹੁੰਦੇ ਆ, ਆਮ ਤੌਰ 'ਤੇ ਬੰਦੇ ਹੀ ਸਕਰੀਨ ਦੇ ਉੱਤੇ ਆ ਕੇ ਗੱਲ ਕਰਦੇ ਆ, ਪਰ ਇਸ ਘਰ ਦੇ ਵਿੱਚ ਇਹ ਭੈਣ ਜਿਹੜੀ ਪਸ਼ੂ ਪਾਲਣ ਦਾ ਕੰਮ ਕਰਦੀ ਹੈ, ਅਤੇ ਇਹਨਾਂ ਤੋਂ ਹੀ ਆਪਾਂ ਸਾਰੀ ਡਿਟੇਲ ਇਸ ਮੱਝ ਬਾਰੇ ਪੁੱਛਾਂਗੇ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸੋ ਕੀ? ਨਸੀਰਾ। ਠੀਕ ਹੈ ਜੀ। ਅਤੇ ਇਹ ਜਿਹੜੀ ਮੱਝ ਆਪਣੇ ਕੋਲ, ਇਹ ਕਦੋਂ ਸੂਈ ਹੈ ਜੀ? ਇਹ ਵੀਰੇ ਕੱਲ੍ਹ ਸੂਈ ਹੈ। ਕੱਲ੍ਹ ਸੂਈ ਹੈ। ਅਤੇ ਇਹ ਕਿੰਨਵੇਂ ਸੂਏ ਸੂਈ ਹੈ? ਕੀ ਤੀਜੇ ਸੂਏ। ਅਤੇ ਬੱਚਾ ਇਹਦਾ? ਬੱਚਾ ਵੀਰੇ ਸੂ ਕੇ 20-25 ਮਿੰਟ ਬਾਅਦ ਮਰ ਗਿਆ। ਠੀਕ ਹੈ। ਬੱਚਾ ਔਖਾ ਹੀ ਲੈ ਰਿਹਾ ਸੀਗਾ। ਅੱਛਾ। ਸਾਹ ਲੈਣਾ ਬਹੁਤ ਚਾਹ ਗੌਰ ਨਹੀਂ ਕੀਤੀ, ਮੈਂ ਉੱਧਰ ਜਿਹੜੀ ਧਾਰਾ ਤੋਂ ਲੱਗ ਸਮਝ ਨਹੀਂ ਗਿਆ। ਅੱਛਾ, 20-25 ਮਿੰਟਾਂ ਬਾਅਦ ਬੱਚਾ ਜਿਹੜਾ ਉਹ ਮਰ ਗਿਆ ਸੀ। ਸਿਰ ਜਿਹਾ ਬਣਾ ਲਿਆ ਹੁਣ। ਠੀਕ ਹੈ। ਤੇ ਇਹ ਹੁਣ ਦੁੱਧ ਇਹਦਾ ਪਿਛਲੇ ਸੂਏ ਦਾ ਕਿੰਨਾ ਸੀਗਾ? ਪਿਛਲੇ ਸੂਏ ਫਿਰ ਕਲੋਨ ਨੇ ਤਾਂ ਦੁੱਧ 18.5 ਕਿਲੋ, 18.5 ਦੂਜੇ। ਠੀਕ ਹੈ। ਪਹਿਲੇ ਸੂਏ ਦਾ ਦੁੱਧ 18.5 ਕਿਲੋ ਸੀ। ਇਹ ਦੁੱਧ ਆਪਾਂ ਘਰੇ ਚੋਇਆ ਸੀ ਕਿ ਕਿਤੇ ਚਵਾਈ ਵੀ ਕਰਾਈ ਸੀ? ਕਿਹੜੇ ਮੇਲੇ ਤੇ? ਚੜਕ ਮੇਲਾ ਹੋਇਆ ਸੀਗਾ ਉਹਦੇ 'ਚ। ਠੀਕ ਹੈ। 18 ਕਿਲੋ 600 ਗ੍ਰਾਮ ਦੁੱਧ ਦਿੱਤਾ ਹੈ ਨਾ? ਠੀਕ ਹੈ। ਤੇ ਉਹਦਾ ਕੋਈ ਸਰਟੀਫਿਕੇਟ ਵੀ ਹੈ ਦਿੱਤਾ ਇਹਨਾਂ ਨੇ ਕਿ ਨਹੀਂ? ਠੀਕ ਹੈ। ਐਤਕੀ ਤੀਜੇ ਸੂਏ ਸੂਈ ਹੈ ਕਿਸਾਨ ਵੀਰੋ, ਤੁਸੀਂ ਮੱਝ ਦੇਖ ਸਕਦੇ ਹੈ। ਪਹਿਲੇ ਸੂਏ ਦਾ ਦੁੱਧ 18 ਕਿਲੋ 600 ਗ੍ਰਾਮ, ਚੜਕ ਇੱਕ ਮੇਲਾ ਹੋਇਆ ਸੀਗਾ ਉਹਦੇ 'ਚ ਇਹਨੇ ਪਹਿਲੇ ਸੂਏ ਦਾ ਚਵਾਈ ਕਰਾਈ ਹੈ। ਤੇ ਦੂਜੇ ਸੂਏ ਇਹ ਜਦੋਂ PDF ਦਾ ਮੇਲਾ ਆਇਆ ਉਦੋਂ ਇਹ ਗੱਭਣ ਸੀਗੀ, ਗੱਭਣ ਮੱਝਾਂ ਦੀ ਕੈਟਾਗਰੀ 'ਚ ਇਹ ਗਈ ਸੀ। ਤੇ ਪਹਿਲੇ ਸੂਏ ਦੇ ਇਹਦੇ ਬੱਚੇ ਹੈਗੇ ਜੀ ਆਪਣੇ ਕੋਲ? ਬੱਚਾ ਹੁੰਦੀ ਆ ਨਾਲ ਨਾਲ ਦੂਜੇ ਦਾ ਨਾਲ। ਠੀਕ ਹੈ। ਕਿਸਾਨ ਵੀਰੋ, ਤੁਹਾਨੂੰ ਪਹਿਲੇ ਸੂਏ ਦੀ ਇਹਦੀ ਜਿਹੜੀ ਕੱਟੀ ਆ ਉਹ ਦਿਖਾ ਦਿੰਦੇ ਇਹ ਦੇਖ ਸਕਦੇ ਆ ਤੁਸੀਂ ਦੂਜੇ ਸੂਏ ਦੀ। ਠੀਕ ਹੈ। ਸਾਲ ਦੀ ਕੱਟੀ ਹੈ, ਬਹੁਤ ਸੋਹਣੇ ਬੱਚੇ, ਕਿਉਂਕਿ ਮੱਝ ਆਪ ਵੀ ਬਰੀਡ 'ਚ ਪੈਂਦੀ ਹੈ ਤਾਂ ਇਹਦੇ ਜਿਹੜੇ ਬੱਚੇ ਆ ਉਹ ਵੀ ਕਾਫੀ ਵਧੀਆ। ਇਹ ਆਪਣੀ ਘਰ ਦੀ ਮੱਝ ਹੀ ਆਪਣੀ ਕਿ ਖਰੀਦੀ ਸੀ? ਨਹੀਂ ਵੀਰੇ, ਲਈ ਸੀ ਮੈਂ ਹਰਿਆਣੇ ਤੋਂ। ਹਰਿਆਣੇ 'ਚੋਂ ਲਈ ਸੀ ਪਹਿਲੇ ਸੂਏ? ਹਾਂ, ਪਹਿਲੇ। ਠੀਕ ਹੈ। ਕਿੰਨੇ ਦੀ ਖਰੀਦੀ ਸੀ ਉਦੋਂ? ਉਦੋਂ ਮੈਂ 30 ਪੈ ਗਈ। 31 'ਚ ਪਹੁੰਚ। ਤੇ ਹੁਣ ਇਹਦੀ ਫਿਰ ਜਿਹੜੀ ਬੱਚੇ ਤੋਂ ਬਿਨਾ ਮਿਲਕਿੰਗ ਕਿਵੇਂ ਕਰਦੇ ਆ ਜੀ ਇਹਦੀ? ਬੱਚੇ ਦੇ ਵੀਰੇ ਕੋਈ ਚੱਕਰ ਨਹੀਂ ਆ, ਚਾਹੇ ਚਾਟ ਚੂਟ ਦੀ ਕੋਈ ਨਾ, ਥਾਪੀ ਮਾਰ ਕੇ ਚੋਲਾ ਮੇਰੇ ਪਹਿਲਾਂ ਹੀ ਪਸ਼ੂ ਆਈ ਲਾਏ ਨੇ। ਠੀਕ ਹੈ। ਦੁੱਧ ਬੱਚੇ ਨੂੰ ਬੱਠਲ ਦੀ ਬਣਾਉਣਾ, ਥਾਪੀ ਮਾਰ ਕੇ ਚੋਲਾ। ਠੀਕ ਹੈ, ਮਤਲਬ ਚਾਟ ਤੇ ਹੀ ਚੋਣੇ ਆ ਪਹਿਲਾਂ ਤੋਂ ਆਪਾਂ ਪਸ਼ੂਆਂ ਨੂੰ? ਚਾਟ ਦੀ ਕੋਈ ਲੋੜ ਨਹੀਂ, ਥਾਪੀ ਮਾਰ ਕੇ। ਠੀਕ ਹੈ, ਥਾਪੀ ਮਾਰ ਕੇ ਐਵੇਂ ਹੀ ਚੋਣੇ ਆਪਾਂ। ਤੇ ਇਹਦਾ ਇਹ ਤਾਂ ਹਜੇ ਰਾਤ ਹੀ ਸੂਈ ਆ ਫਿਰ, ਇਹਦਾ ਮਤਲਬ ਹਜੇ ਤਾਂ ਬੋਲਾ ਹੀ ਹੈ ਇਹਦੇ ਥੱਲੇ, ਹੈ ਨਾ? ਬੋਲਾ ਹੀ, 7-8 ਕਿਲੋ ਬੋਲਾ ਹੀ ਆ। ਠੀਕ ਹੈ। ਤੇ ਕਿੰਨਾ ਦੁੱਧ ਅੰਦਾਜ਼ਾ ਕਰ ਜੂਗੀ ਇਸ ਸੂਏ? ਦੁੱਧ ਇਸ ਸੂਏ 18 ਕਿਲੋ ਦੇਊਗੀ। 18 ਕਿਲੋ ਦੁੱਧ ਦੇ ਦੂਗੀ। ਠੀਕ ਹੈ। ਤੇ ਇਹਦਾ ਕੀ ਰੇਟ ਕਰਦੇ ਆਪਾਂ? ਰੇਟ ਵੀਰੇ ਪਹਿਲਾਂ ਤਾਂ ਮੰਗਦੇ ਸੀ 1.40। ਠੀਕ ਹੈ। ਹੁਣ 1-20 ਮੰਗ ਲੈਂਦੇ ਆ, 20 ਆਪੇ ਕੱਟਣਾ ਵੱਟਾ ਪੈਣਾ ਬੱਚੇ। ਠੀਕ ਹੈ। 1,20,000 ਰੁਪਇਆ ਰੇਟ ਹੈ। ਤੇ ਥੋੜਾ ਬਹੁਤ ਇਹ ਚੋਂ ਮਾਨਤਾਣ ਹੋ? ਹਾਂ, ਕੋਈ ਨੂੰ ਤਾਂ ਕਰਨਾ ਵੀ ਜੇ ਬੰਦਾ ਦੂਰ ਚੱਲ ਜਾਂਦਾ ਨਾ। ਠੀਕ ਹੈ। ਕਿਸਾਨ ਵੀਰੋ, ਦੇਖ ਸਕਦੇ ਆ ਤੁਸੀਂ ਤੀਜੇ ਸੂਏ ਸੂਈ ਵੀ ਮੱਝ ਬੱਚਾ ਇਹਦਾ ਥੋੜਾ ਜਿਹਾ ਇਹਨਾਂ ਨਾਲ ਪਹਿਲਾਂ ਵੀ ਜੋ ਮੈਂ ਵੀਡੀਓ 'ਚ ਗੱਲਬਾਤ ਕਰ ਰਿਹਾ ਸੀਗਾ ਤਾਂ ਥੋੜੀ ਜਿਹੀ ਘਾਲੋਂ ਹੋ ਗਈ ਇਹਨਾਂ ਦੀ ਡਾਕਟਰ ਨੂੰ ਬੁਲਾਉਣ 'ਚ।
ਤੇ ਬੱਚਾ ਜਿਹੜਾ ਸਵਾਉਣ ਚ ਲੇਟ ਹੋ ਗਿਆ ਉਹਦੇ ਕਰਕੇ ਜਦੋਂ ਸੂਈ ਉਦੋਂ ਬਾਅਦ ਚ 20 ਮਿੰਟਾਂ ਬਾਅਦ ਇਹਦਾ ਬੱਚਾ ਜਿਹੜਾ ਉਹਦੀ ਡੈਥ ਹੋ ਗਈ ਹੈ। ਤੇ ਫਿਰ ਵੀ ਇਹ ਚਾਰਟ ਦੇ ਉੱਤੇ ਮਿਲਦੀ ਹੈ, ਕਾਫੀ ਸੀਲ ਹੈ। ਜੇ ਕੋਈ ਚਾਹਵਾਨ ਵੀਰ ਹੋਵੇ ਤੇ ਇਸ ਮੱਝ ਨੂੰ ਖਰੀਦ ਸਕਦਾ। ਸਕਰੀਨ ਦੇ ਉੱਤੇ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਸਕਦੇ ਆ, ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ। ਲੈ ਚਲੋ ਅੱਗੇ, ਬਹੁਤ ਸੋਹਣੇ ਥਾਂ ਲੇਵੇ ਦੀ ਮੱਝ ਹੈ ਇਹ, ਬਸ ਬੰਦ ਹੋ ਜੀ। ਥੋੜਾ ਜਿਹਾ ਪਸ਼ੂ ਡਰਦੇ ਆ, ਸਿੰਘ ਦੇਖ ਸਕਦੇ ਆ ਤੁਸੀਂ, ਥੋੜਾ ਜਿਹਾ ਮਾਮੂਲੀ ਜਿਹਾ ਖੁੱਲਾ ਸਿੰਘ ਆ, ਵੈਸੇ ਗੋਲ ਆ ਸਰੀਰ ਦੇ ਹਿਸਾਬ ਤੇ ਜੱਚਦਾ। ਪਿੱਠ ਪੁੜਾ ਬਿਲਕੁਲ ਪੱਧਰ ਪੁੜਿਆਂ ਦੀ ਹੈ ਇਹ। ਥਾਣੇ ਦੇ ਬਹੁਤ ਸੋਹਣੇ ਆ ਦੋਨਾਂ ਸਾਈਡ ਤੋਂ, ਜੋ ਤੁਸੀਂ ਦੇਖੋਗੇ ਇੱਕੋ ਜਿਹੇ ਥਾਣ ਤੁਹਾਨੂੰ ਇੱਥੋਂ ਵੀ ਦਿਖਾਈ ਦਿੰਦੇ ਹੋਣਗੇ। ਬਾਕੀ ਆਰਡਰ ਦੇ ਉੱਤੇ ਜਿਹੜੀਆਂ ਨਾੜਾਂ ਉਹ ਉਸੇ ਤਰ੍ਹਾਂ ਮਹਿਸੂਸ ਹੁੰਦੀਆਂ, ਹਵਾਨੇ ਦੇ ਉੱਤੇ ਨਾੜਾਂ ਵੀ ਤੁਸੀਂ ਦੇਖ ਸਕਦੇ ਆ। ਥਣਾਂ ਦਾ ਸਾਈਜ਼ ਅੱਗੋਂ ਪਿੱਛੋਂ ਬਿਲਕੁਲ ਇੱਕੋ ਜਿਹਾ, ਪੂਛ ਇਹਦੀ ਜੈੱਡ ਬਲੈਕ ਹੈ। ਬਹੁਤ ਸੋਹਣੀ ਮੂਹਰਾ ਦੀ ਕੈਟਾਗਰੀ ਦੀ ਮੱਝ, ਜੇ ਕੋਈ ਚਾਹਵਾਨ ਵੀਰ ਹੋਵੇ ਤਾਂ ਤੁਸੀਂ ਜਿਹੜੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਆ ਇਹਨਾਂ 'ਤੇ ਸੰਪਰਕ ਕਰਕੇ ਸੌਦਾ ਕਰ ਸਕਦੇ ਆ। ਧੰਨਵਾਦ ਕਿਸਾਨ ਵੀਰੋ ਵੀਡੀਓ ਦੇਖਣ ਵਾਸਤੇ। ਜੇ ਕਿਸੇ ਵੀਰ ਦੇ ਮੱਝ ਪਸੰਦ ਆ ਤਾਂ ਤੁਸੀਂ ਇਸ ਮੱਝ ਦਾ ਸੌਦਾ ਕਰ ਸਕਦੇ ਆ।